ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਸਭ ਜਣੇ ਵਧੀਆ ਹੋਵੋਗੇ ਅਤੇ ਸਵਾਗਤ ਹੈ ਤੁਹਾਡਾ ਅੱਜ ਦੀ ਸਾਡੀ ਵੀਡੀਓ ਦੇ ਵਿੱਚ। ਅਤੇ ਅੱਜ ਦੀ ਵੀਡੀਓ ਸਾਡੇ ਲਈ ਵੀ ਬਹੁਤ ਖਾਸ ਆ, ਕਿਉਂਕਿ ਹਰੇਕ ਦਾ ਸੁਪਨਾ ਹੁੰਦਾ ਹੈ ਨਾ ਬਾਹਰ ਜਾਣ ਦਾ, ਅਤੇ ਅੱਜ ਸਾਡੇ ਮੁੰਡੇ ਦਾ ਜਿਹੜਾ ਸੁਪਨਾ ਪੂਰਾ ਹੋਇਆ ਵਾ ਕੈਨੇਡਾ ਜਾਣ ਦਾ, ਅਤੇ ਅੱਜ ਉਹ ਕੈਨੇਡਾ ਜਾ ਰਿਹਾ ਵਾ। ਅਤੇ ਪੈਕਿੰਗ ਵਗੈਰਾ ਡਨ ਹੋ ਗਈ ਸੀਗੀ ਅਤੇ ਹੁਣ ਥੋੜ੍ਹਾ ਜਿਹਾ ਵੇਟ ਦੀ ਪ੍ਰੋਬਲਮ ਆ ਰਹੀ ਸੀਗੀ ਅਤੇ ਉਹ ਵੇਟ ਆਪਦਾ ਚੈੱਕ ਕਰਵਾਉਣ ਗਿਆ ਵਾ, ਅਤੇ ਨਾਲੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਟੇਕ ਕੇ ਆਉਣਗੇ। ਅਤੇ ਭਾਅ ਜੀ ਲਾਭ ਅਤੇ ਮੰਮੀ ਗਏ ਹੋਏ ਮੱਥਾ ਟੇਕਣ, ਅਤੇ ਦੀਦੀ ਭਿੰਡੀਆਂ ਚੀਰਦੇ ਪਏ ਆ, ਅਤੇ ਆਪਾਂ ਹੁਣ ਥੋੜ੍ਹਾ ਬਹੁਤਾ ਘਰ ਦਾ ਕੰਮ ਗੋਹਾ ਸੁੱਟਾਂਗੇ, ਮਤਲਬ ਮੈਂ ਕਰ ਲੈਂਦੀ ਹਾਂ ਕੰਮ, ਅਤੇ ਹੁਣ ਆਪਾਂ ਗੋਹਾ ਸੁੱਟਾਂਗੇ ਅਤੇ ਦੀਦੀ ਭਿੰਡੀਆਂ ਚੀਰਦੇ ਪਏ, ਫਿਰ ਉਦੋਂ ਤੱਕ ਮੱਥਾ ਟੇਕ ਕੇ ਆ ਜਾਣਗੇ, ਅਤੇ ਫਿਰ ਆਪਾਂ ਅੱਜ ਨੂੰ ਤੋਰਾਂਗੇ ਬਾਹਰ ਜਾਊਗਾ। ਅਤੇ ਤੁਸੀਂ ਐਂਡ ਤੱਕ ਵੀਡੀਓ ਦੇਖਿਓ। ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਅਸੀਂ ਮਤਲਬ ਲਵ ਨੇ ਤੁਰਨਾ ਅਤੇ ਅਸੀਂ ਉਹਦਾ ਮੂੰਹ ਮਿੱਠਾ ਕਰਵਾਵਾਂਗੇ, ਅਤੇ ਡੈਡੀ ਹੁਣਾਂ ਨੇ ਮੈਨੂੰ ਪੁੱਛਿਆ ਕਿ ਕਹਿੰਦੇ ਕਿ ਦੂਜਾ ਲਵ ਦਾ ਮੂੰਹ ਮਿੱਠਾ ਕਰਵਾਈਏ ਕਿ ਨਾ ਕਰਵਾਈਏ, ਕਿਉਂਕਿ ਹੈ ਨਾ ਚੰਗੇ ਨਹੀਂ ਲੱਗੀਦਾ ਵੈਸੇ, ਹੈ ਨਾ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਪਰ ਮੈਂ ਕਿਹਾ ਵੀ ਜਿਹੜਾ ਮਤਲਬ ਵਾਹਿਗੁਰੂ ਨੂੰ ਜੋ ਚੰਗਾ ਲੱਗਾ ਹੈ ਨਾ ਉਹ ਹੋ ਗਿਆ, ਅਤੇ ਆਪਾਂ ਹੁਣ ਉਦੋਂ ਦਾ ਖਾਈ ਪੀ ਜਾਂਦੇ ਹਾਂ, ਅਤੇ ਉਹਦਾ ਵੀ ਮਤਲਬ ਸੁੱਖ ਸੁਖਾਣਾ ਦਿਨ ਚੜਿਆ ਵਾ, ਉਹਦੀ ਇੱਛਾ ਪੂਰੀ ਹੋਈ ਆ, ਅਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਹੈ ਨਾ ਕਿਸੇ ਨੂੰ ਵੀ ਐਵੇਂ ਉਦਾਸ ਹੋ ਕਰਕੇ ਤੋੜਨਾ, ਹੈ ਨਾ। ਮੈਂ ਨਹੀਂ ਚਾਹੁੰਦੀ ਕਿ ਉਹ ਮਤਲਬ ਸੁੱਕੇ ਮੂੰਹ ਹੀ ਤੁਰੇ, ਮੈਂ ਉਹਦਾ ਮੂੰਹ ਮਿੱਠਾ ਕਰਵਾਉਣਾ ਖੁਦ ਚਾਹੁੰਦੀ ਹਾਂ, ਅਤੇ ਇਹਦੇ ਲਈ ਮੈਂ ਤੁਹਾਡੇ ਤੋਂ ਪਹਿਲਾਂ ਮਾਫ਼ੀ ਮੰਗਦੀ ਕਿ ਵੀਡੀਓ ਦੇ ਵਿੱਚ ਉਹਦਾ ਮੂੰਹ ਮਿੱਠਾ ਅਸੀਂ ਕਰਵਾਵਾਂਗੇ। ਅਤੇ ਪਲੀਜ਼ ਕੋਈ ਵੀ ਸਾਨੂੰ ਗਲਤ ਨਾ ਬੋਲਿਓ ਕਿ ਮੂੰਹ ਮਿੱਠਾ ਕਰਵਾਇਆ ਗਿਆ ਵਾ, ਹੈ ਨਾ, ਵੀ ਚੰਗੇ ਨਹੀਂ ਲੱਗੀਦਾ। ਮੈਨੂੰ ਪਤਾ ਲੱਗ ਗਿਆ, ਕੋਈ ਨਹੀਂ, ਉੱਥੇ ਕਾਹਦਾ ਸੁੱਟਿਆ ਪੁੱਤ, ਮੈਂ ਤਾਂ ਮਸਾਂ ਝਾੜੂ ਲਾਇਆ ਅਤੇ ਤੁਸੀਂ ਫੇਰ ਖਲਾਰਾ ਪਾਈ ਜਾਂਦੀਆਂ ਵਾ। ਮੈਨੂੰ ਨੀ ਪਤਾ, ਕੋਈ ਨੀ, ਤੁਸੀਂ ਕੋਈ ਨੀ, ਮੇਰੇ ਕੋਲ ਮੇਰੇ ਕੰਮ ਨੀ ਨਾ ਕਰਾਉਂਦੀਆਂ ਗਿਆ। ਉਹ ਤੁਹਾਡੇ ਕੋਲ ਆਪੇ ਆ ਗਿਆ ਤੁਰ ਕੇ, ਗੁੱਡ ਗਰਲ, ਥੈਂਕ ਯੂ ਨੂਰ, ਥੈਂਕ ਯੂ, ਥੈਂਕ ਯੂ। ਹੁਣ ਖਲਾਰਾ ਪਾਉਂਗੀਆਂ? ਠੀਕ ਆ। ਡੌਗ ਨੂੰ ਰੋਟੀ ਪਾਤੀ ਆ? ਡੌਗ ਨਹੀਂ ਖਾ ਲਈ ਉਹਨੇ ਰੋਟੀ, ਤੂੰ ਮੇਰੀ ਗੱਲ ਸੁਣੋ, ਮਾਮੂ ਬਿਨਾਂ ਜੀ ਲੱਗ ਜੂਗਾ? ਮਾਮੂ ਕਿੱਥੇ ਚੱਲੇ ਆ? ਕਿੱਥੇ ਚੱਲੇ ਆ? ਖੇਡਾਂ ਕਿੱਥੇ ਚੱਲੇ ਆ? ਕੈਨੇਡਾ ਜਹਾਜ਼ ਤੇ ਜਹਾਜ਼ ਤੇ ਚੱਲੇ ਆ? ਤੇ ਮਾਮੂ ਦੀ ਯਾਦ, ਤੇ ਮਾਮੂ ਦੀ ਯਾਦ ਨੀ ਆਊਗੀ? ਆਊਗੀ ਮਾਮੂ ਦੀ ਯਾਦ, ਵੱਡੇ ਮਾਮੂ ਵੀ ਬਾਹਰ, ਨਿੱਕੇ ਮਾਮੂ ਵੀ ਬਾਹਰ ਚੱਲੇ ਆ, ਫਿਰ ਚੀਜ਼ੀ ਕੌਣ ਲੈ ਕੇ ਦਿਆ ਕਰੂਗਾ? ਹਾਂਜੀ, ਤੁਸੀਂ ਮੇਰੀ ਹੈਲਪ ਕਰਾਉਂਗੇ? ਤੁਸੀਂ ਮੇਰੀ ਹੈਲਪ ਤਾਂ ਕਰਾਉਂਦੀਆਂ ਨੇਗੀਆਂ, ਜਾਣ ਕੇ ਨਹੀਂ ਨਾ ਮੇਰੀ ਹੈਲਪ ਕਰਾਉਂਦੀਆਂ, ਤੁਸੀਂ ਜਾਣ ਕੇ ਮੇਰੇ ਕੋਲੋਂ ਖਲਾਰਾ ਪਾ ਦਿੰਦੇ ਹੈ ਨਾ, ਤੁਸੀਂ ਮੰਮਾ ਕੋਲ ਕਿੱਦਾਂ ਖਲਾਰਾ ਪਾਉਂਦੇ ਹੁੰਦੇ ਆ? ਤੁਸੀਂ ਮੇਰੇ ਕੋਲੋਂ ਖਲਾਰਾ ਪਾਉਂਦੇ ਹੋ ਨਾ ਜਾਣ ਕੇ? ਤੁਹਾਨੂੰ ਪਤਾ ਮਾਮੀ ਨੇ ਕੰਮ ਕਰ ਲੈਣਾ, ਤੁਸੀਂ ਮਾਮੀ ਕੋਲੋਂ ਜਾਣ ਕੇ ਖਲਾਰਾ। ਹਾਂਜੀ, ਕੀ ਪਤਾ? ਨਹੀਂ
ਸਰਗੁਣ ਨੇ ਤੁਹਾਡੀ ਵੀਡੀਓ ਵੇਖ ਲੈਣੀ ਆ। ਘੁੰਮਦਾ ਸੀ ਤੇਰੇ ਵਾਂਗੂ ਲੱਛਣ ਜੇ ਨੀ ਨਾ ਕੀਤੇ, ਅਸੀਂ ਵੀ ਗਏ ਆ ਬਾਹਰ। ਕਾਲਾ ਵੇਖੋ ਮੁੰਡਾ ਜਿੱਦਾਂ ਸਹੁਰੇ ਜਾਣਾ ਹੁੰਦਾ ਆ। ਘੁਮਾਉਣ ਡੇ ਭਾਜੀ ਹਾਂਜੀ ਹਰਮਨ ਪੁੱਤ ਇੱਧਰ ਪੂਰਾ ਡਰੈਸ ਲੈ ਕੇ ਚੱਲਾ ਜੀ ਗੋਰੇ ਗੋਪੀ ਓਏ ਮਹਾ ਇੱਕ ਹੁਣ ਢਿੱਡ ਤੇ ਬਾਲਾ ਇਹਦੀ ਗੜਗੜੀ ਵੱਲੋਂ ਡਿਆ ਹੈ ਉਹ ਖੁੱਲੀ ਡਿੱਗੀ ਕਰਕੇ ਡੈਡੀ ਮਹਾਰਾ ਸੁੱਖ ਸੁਖਾਣਾ ਲਵ ਨੂੰ ਪਹੁੰਚਾ ਦੇਵੇ ਆਪਾਂ ਆਸਟ੍ਰੇਲੀਆ ਤੇ ਕੈਨੇਡਾ ਵਾਲੇ ਹੋ ਗਏ ਜੇ
ਹੈਨਾ ਨਹੀਂ ਤੁਸੀਂ ਚੋਇਓ ਉਹ ਤੁਸੀਂ ਚੋਇਓ ਦੀਦੀ ਤੁਸੀਂ ਚੋਇ ਚੋਇਓ ਕੋਈ ਚੱਕਰ ਨਹੀਂ ਹੈਗਾ ਵੀ ਤੇਲ ਲੈ ਆਓ ਤੁਸੀਂ ਨਾ ਫਿਰ ਤੁਸੀਂ ਚੋ ਲਓ ਬਾਹਰ ਜਾ ਕੇ ਸਾਨੂੰ ਭੁੱਲਣਾ ਜਾਏ ਹਰਮਨ ਤੂੰ ਚੱਲੇ ਆਏ ਸ਼ਕਲ ਨਹੀਂ ਹੈਗੀ ਆ ਫੜ ਆ ਪਾ ਇਹ ਦੇਣੇ ਮੈਨੂੰ ਘੜੀਏ ਨਾ ਉਧਰ ਛੱਡ ਦੇ ਭਰਾ ਵੜੋ ਵਿੱਚ ਹੋਰ ਪੜਨ ਨਹੀਂ ਨਹੀਂ ਜੜਨੇ ਕਰ ਲੈ ਗੱਲ ਚੱਲ ਆਓ ਵਿੱਚ ਵੜੋ ਵਿੱਚ ਡੜੀ ਜੇ ਚੱਕ ਲਾ ਥੱਲੋਂ ਸੋਹਣੇ ਲੱਗਣ ਦੇ ਮੰਮੀ ਮਾਂ ਪੁੱਤ ਚੱਕ ਇਹ ਚੁੱਤੇ ਉਹ ਫੋਨ ਲਾਵਾਂ ਫਿਕਰ ਤਾਂ ਮਾਂ ਮਾਂ ਇੱਕ ਕਰ ਰਿਹਾ ਬਾਕੀ ਬੱਬੀ ਗੁਰ ਤੁਸੀਂ ਵੀ ਜਦੋਂ ਪਹਿਲੀ ਵਾਰ ਚੱਲੇ ਤੁਸੀਂ ਵੀ ਇਦਾਂ ਕੀਤਾ ਸੀ ਤੁਸੀਂ ਦੋਵੇਂ ਜੀ ਪਾਏ ਹਾਂ ਆ ਜੜੀ ਗੜਕ ਚੱਲ ਲੱਗ ਗਏ ਦਸ ਸਾਰੇ ਆ ਜਾਓ ਇੱਧਰ ਫੋਟੋ ਫੋਟੋ ਲਾਓ ਮੈਂ ਤੁਹਾਨੂੰ ਕਿਹਾ ਹੋਇਆ ਸੀ ਜਾ ਲਾਂਗੇ ਪਹਿਲੋਂ ਕਰਦੇ ਮੂੰਹ ਮਿੱਠਾ ਕਰਾ ਦੇ ਡੈਡੀ ਜੀ ਫੋਟੋ ਕੌਣ ਕਰ ਅੱਛਾ ਲਾਓ ਹਰਮਨ ਫੋਟੋ ਕਰ ਦੇ ਤੂੰ ਆਪਦੇ ਫੋਨ 'ਚ ਖਿੱਚ ਦੇ ਭਾਜੀ ਹਰਮਨ ਮੇਰੇ ਫੋਨ 'ਚ ਖਿੱਚਦੇ ਹੋਏ ਸਾਰੀਆਂ ਹੀ ਉਹ ਅੰਦਰ ਚਾਰਜ ਲੱਗੇ ਨਾਲ ਚਾਰਜ ਪੁੱਟ ਲਿਆ ਆਓ ਦੀਦੀ ਲਿਆ ਦਿੰਦੇ ਰੁਕ ਜਾ ਦਈਆਂ ਭਰਾਵਾ ਸਵਾਲ ਕੁੱਤਰਣਾ ਤੇ ਖੜੋਤਾ ਰੇ ਲੈ ਫੋਨ ਚੱਲ ਨਹੀਂ ਫੋਨ ਚੱਲਦਾ ਨਹੀਂ ਰੜੀ ਜੀ ਮੈਂ ਵੀਡੀਓ ਬਣਾਉਣ ਦੀ ਆ ਭਾਬੀ ਆ ਬੈ ਚੰਗਾ ਲੋ ਕਿੰਨੇ ਲੋਕ ਦੱਸ ਚੱਲ 8855 ਚੱਲ ਆਓ ਤੂੰ ਮੰਮੀ ਜੀ ਫੋਟੋ ਕਰਵਾ ਲਓ ਫੋਟੋ ਨਹੀਂ ਤੁਹਾਡੀ ਹੋਈ ਨਹੀਂ ਹਾਂਜੀ ਹੋਈ ਨਹੀਂ ਗੀ ਥੋੜੀ ਥੋੜੀ ਮੰਮੀ ਤੇ ਲਵਦੀ ਮੈਚਿੰਗ ਹੋ ਗਈ ਆ ਡੈਡੀ ਵਾਲੇ ਇੰਨੇ ਗਾਣੇ ਤੇ ਹੈਗੇ ਚਲੋ ਭਾਜੀ ਦੀਦੀ ਤੇ ਭਾਜੀ ਜਾਓ ਪੜ ਲੈ ਲੱਗਦੇ ਕਰਦਾ ਮੈਨੂੰ ਲੋੜ ਆ ਫੋਨ ਪੇ ਕਰ ਦਿੰਦੇ ਮੈਂ ਅਰਸ਼ ਨੂੰ ਪਾ ਦਿੰਦਾ ਆ ਲੈ ਅਰਸ਼ ਨੂੰ ਪਾ ਲੈ ਪੱਗ ਵੱਟ ਯਾਰ ਜਿਹੜਾ ਤੇਰਾ
ਜਰਮਨ ਦਾ ਫੋਨ ਆਉਂਦੇ ਕਿੰਨੇ ਚਮਚੇ ਖਾਣੇ ਕੁੜੀ ਰਵਾਤੀ ਆ ਕੁੜੀ ਰਵਾਤੀ ਉਹਨੇ ਮੰਮੀ ਨੇ ਨਾਲ ਜਾਣਾ ਮੰਮੀ ਨੇ ਮੈਂ ਨਾਲ ਜਾਣਾ ਵਾ ਚੱਲ ਆਪਾਂ ਬੋਏ ਮੋਰੇ ਖੜੀ ਫਿਰ ਲਵਣ ਤੋਂ ਬਾਹਰੋਂ ਬਹਿਣਾ ਆ ਪਾਣੀ ਇੱਥੇ ਨਹੀਂ ਛੋਣਾ ਦੀਦੀ ਇਹ ਕਾਹਦੇ ਵਾਸਤੇ ਦੀਦੀ ਇਹ ਹਰੇ ਚੰਗਾ ਇੱਕ ਮਿੰਟ ਇੱਕ ਯਾਰ ਫੋਨ ਆ ਨਾ ਹੱਥ 'ਚ ਤੇਲ ਮੈਂ ਚੋਣੀ ਤੂੰ ਚੋਣ ਐਨੂੰ ਹੋ ਜਾ ਪੁੱਤ ਆ ਫੜੋ ਇੱਕ ਜਾਣੀ ਆਣ ਫੜਾ ਮੈਂ ਕਿਹਾ ਖਲਾਰਦਾ ਖਲਾਰਦਾ ਹੌਲੀ 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 ਦੇਖ ਲੋ ਗੋਰੇ ਤੁਸੀਂ ਦੱਸਣ ਨੀ ਡੇ ਆ ਦੇਖੋ ਛੱਡਿਆ ਵਾ ਚੰਗਾ ਭਾਬੀ ਹਜ਼ਾਰ ਰੁਪਇਆ ਦੇਣਾ ਮਾਮੇ ਨੇ ਹਜ਼ਾਰ ਡਾਲਰ ਦਊਗਾ ਕੈਨੇਡਾ ਦਾ ਦੋ ਕੁ ਸਾਲ ਦੀ ਬਾਅਦ ਹਾਂਜੀ ਆ ਦੇਖੋ ਮੈਨੂੰ ਤੁਸੀਂ ਦਿਸਣ ਹੀ ਨਹੀਂ ਰਹੇ ਬ੍ਰਾਈਟਨੈਸ ਕਦੇ ਵੱਧ ਦੀਦੀ ਫੋਨ ਦੀ ਸਤਿ ਸ਼੍ਰੀ ਅਕਾਲ
ਵਧੀਆ ਵਧੀਆ ਤੁਸੀਂ ਸੁਣਾਓ ਕੀ ਖਾਦੇ ਅਸੀਂ ਆ ਗਏ ਹਾਂ ਤੇ ਵਧਾਈਆਂ ਹਨ ਬਹੁਤ ਬਹੁਤ ਵਧਾਈਆਂ ਹਨ ਬਹੁਤ ਬਹੁਤ ਕਿੱਦਾਂ ਮਾਸੀ ਵਧਾਈਆਂ ਹਨ ਬਹੁਤ ਬਹੁਤ ਤੁਹਾਨੂੰ ਹੈਂ ਵਧਾਈਆਂ ਹਨ ਤੇ ਚੱਲਿਆ ਮੁੰਡਾ ਕੈਨੇਡਾ ਤੇ ਮੇਨ ਜਹਾਜ਼ ਤੋਂ ਬਾਹਰ ਬਾਰੀ ਦੇ ਹੱਥ ਨਾ ਪਾਈ ਠੀਕ ਹੈ ਠੀਕ ਹੈ ਲਓ ਜੀ ਅਸੀਂ ਆ ਗਏ ਜੀ ਨਾ ਨਾ ਰੋਈ ਨਾ ਗੰਢੇ ਲੈ ਜੀ ਗੰਢੇ ਪਾਣੀ ਫੇਰ ਆਉਂਦੇ ਲਓ ਜੀ ਮੁੰਡੇ ਦੀਆਂ ਫੋਟੋਆਂ ਖਿੱਚਣੀਆਂ ਹੈਂ ਉਹਦੇ ਕੰਮ ਕੁੰਮ ਕਰੀ ਜਾ ਕੇ ਐਂਡ ਲਾ ਦਿੰਦੀ ਠੀਕ ਹੈ ਜੀ ਇਹ ਵੀ ਅੱਜ ਕੀ ਸੋਚਿਆ ਸਾਰਿਆਂ ਚਿੱਟੇ ਬੂਟ ਹੀ ਪਾਇਆ ਇੱਧਰ ਮੈਂ 1800 ਲਾਇਆ ਮੈਂ ਵੀ ਜੀ ਮੈਂ ਲੰਡੇ ਲਏ ਆ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਮਾਹੌਲ ਚਾਲ ਮੇਰੀ ਗੱਲ ਸੁਣ ਆਧਾਰ ਕਾਰਡ ਕੱਢ ਕੇ ਨਾ ਦਿਖਾ ਦੀ ਕਿਤੇ ਪਾਸਪੋਰਟ ਚੱਲਦਾ ਸਾਡਾ ਕਬਟ ਮੈਂ ਅੰਦਰ ਜਾ ਕੇ ਕਰਦਾ ਫੋਨ ਚੰਗਾ ਆਈ ਲਵ ਯੂ ਟੂ ਆਲੇ ਫੜ ਫੋਨ ਆਉਂਦੇ ਓਕੇ ਲਓ ਜੀ ਇੱਥੇ ਐਂਟਰੀ ਹੁੰਦੀ ਹੈ ਆਂਦਾ ਕਰਮਾ ਕਰਮਾ ਜਾ ਜਦਾ ਬਰਗਰ ਲਓ ਜੀ ਇੱਥੇ ਚੈਕਿੰਗ ਹੁੰਦੀ ਹੈ ਬਾਸ ਇਸ ਤੋਂ ਬਾਅਦ ਫਿਰ ਅੰਦਰ ਜਾਣਾ ਜੀ ਮੈਂ